ਅਸਲਾਮ ਅਲੈਕੁਮ ਦੋਸਤੋ, ਸਵਾਗਤ ਹੈ ਤੁਹਾਡਾ ਫਕੀਰੀ ਰੰਗ ਚੈਨਲ ਦੇ ਵਿੱਚ। ਇੱਕ ਵਾਰੀ ਫਿਰ ਹਾਜ਼ਰ ਹਾਂ ਆਪ ਜੀ ਦੀ ਖਿਦਮਤ ਦੇ ਵਿੱਚ ਇੱਕ ਨਵਾਂ ਵੀਡੀਓ ਲੈ ਕੇ। ਅੱਜ ਦਾ ਜੋ ਵੀਡੀਓ ਆਪ ਜੀ ਨਾਲ ਸਾਂਝਾ ਕਰਾਂਗਾ, ਇਹ ਵੀਡੀਓ ਸੂਫੀ ਮਤ ਤੇ ਮੋਢੀ ਹਜ਼ਰਤ ਸ਼ੇਖ ਫਰੀਦ ਰਹਿਮਤੁਲਾ ਅਲੈਹ ਦੇ ਜੀਵਨ ਦੇ ਵਿੱਚ ਲਿਆ ਗਿਆ ਹੈ ਜੀ। ਬਾਬਾ ਸ਼ੇਖ ਫਰੀਦ ਜੀ ਦਾ ਸੂਫੀਆਂ ਦੇ ਵਿੱਚ ਬੜਾ ਸਤਿਕਾਰ ਕੀਤਾ ਜਾਂਦਾ। ਉਹਨਾਂ ਨੇ ਬਹੁਤ ਸੂਫੀ ਮਤ ਬਾਰੇ ਲਿਖਿਆ, ਤੁਸੀਂ ਪੜ੍ਹਦੇ ਹੋ ਸੁਣਦੇ ਹੋ। ਇੱਕ ਥਾਂ ਉਹਨਾਂ ਨੇ ਲਿਖਿਆ, ਛੋਟਾ ਜਿਹਾ ਕਲਾਮ ਉਹਨਾਂ ਦਾ ਸਾਂਝਾ ਕਰਾਂਗਾ, ਫਿਰ ਆਪਾਂ ਕਿੱਸੇ ਵੱਲ ਚੱਲਾਂਗੇ। ਕਹਿੰਦੇ ਕੋਈ ਬਣ ਗਿਆ ਝਾਲੜ ਪੱਖੀਆਂ ਦੀ, ਕੋਈ ਛੱਡ ਕੇ ਸ਼ੀਸ਼ ਮਹਲ ਚੱਲਿਆ, ਕੋਈ ਪੱਲਿਆ ਨਾਲ ਨਖਰਿਆਂ ਦੇ, ਕੋਈ ਤੱਤੀ ਰੇਤ ਵਿੱਚ ਸੜ ਚੱਲਿਆ, ਕੋਈ ਭੁੱਲ ਗਿਆ ਮਕਸਦ ਇੱਥੇ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਫਰੀਦਾ ਇਹ ਜਗਤ ਮੁਸਾਫਿਰ ਖਾਨਾ ਏ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਤੋ ਬਾਬਾ ਸ਼ੇਖ ਫਰੀਦ ਜੀ ਪਾਕ ਪਤਨ ਦੇ ਵਿੱਚ ਉਹਨਾਂ ਦਾ ਰੋਜ਼ਾ ਮੁਬਾਰਕ। ਕਹਿੰਦੇ ਕਿ ਜਦੋਂ ਬਾਬਾ ਫਰੀਦ ਪਾਕ ਪਤਨ ਦੇ ਵਿੱਚ ਪਹਿਲਾਂ ਆਏ ਤੇ ਉਸ ਵਕਤ ਉੱਥੇ ਇੱਕ ਜੰਗਲ ਹੁੰਦਾ ਸੀ, ਤੇ ਉਹਨਾਂ ਨੇ ਜੰਗਲ ਦੇ ਵਿੱਚ ਰਹਿ ਕੇ ਉਸ ਮਾਲਕ ਦੀ ਇਬਾਦਤ ਕਰਨੀ ਸ਼ੁਰੂ ਕੀਤੀ। ਅੱਲਾ ਦੀ ਯਾਦ ਦੇ ਵਿੱਚ ਰੱਬ ਰੱਬ ਕਰਦੇ ਫਿਰਨਾ, ਉਹਨਾਂ ਦੀ ਯਾਦ ਦੇ ਵਿੱਚ ਰਹਿਣਾ ਸਦਾ। ਤੋ ਉਸ ਵਕਤ ਕੀ ਹੋਇਆ ਕਿ ਇੱਕ ਜੋਗੀਆਂ ਦਾ ਟੋਲਾ ਉਸ ਜੰਗਲ ਦੇ ਵਿੱਚ ਰਹਿੰਦਾ ਹੁੰਦਾ ਸੀ, ਤੇ ਉਹ ਜੋਗੀ ਕੀ ਕਰਦੇ ਹੁੰਦੇ ਸੀ ਕਿ ਉਸ ਪਿੰਡ ਦੇ ਵਿੱਚੋਂ ਉਹਨਾਂ ਨੇ ਹਰ ਇੱਕ ਘਰ ਦੇ ਵਿੱਚ ਇਹ ਕਿਹਾ ਸੀ ਕਿ ਸਾਨੂੰ ਰੋਜ਼ ਦੁੱਧ ਪਹੁੰਚਾਇਆ ਜਾਵੇ, ਅਗਰ ਤੁਸੀਂ ਸਾਨੂੰ ਦੁੱਧ ਨਾ ਪਹੁੰਚਦਾ ਕੀਤਾ ਤਾਂ ਅਸੀਂ ਤੁਹਾਨੂੰ ਸਖ਼ਤ ਸਜ਼ਾ ਦੇਵਾਂਗੇ, ਜਾਂ ਤੁਸੀਂ ਤੇਜ਼ ਬਿਮਾਰ ਹੋ ਜਾਓਗੇ, ਜਾਂ ਤੁਹਾਡੇ ਘਰ ਦੇ ਵਿੱਚ ਕੋਈ ਖਰਾਬੀ ਹੋਵੇਗੀ, ਜਾਂ ਤੁਹਾਡਾ ਬਚਿਆ ਹੋਇਆ ਦੁੱਧ ਜਿੰਨਾ ਵੀ ਹੈ ਉਹ ਸਾਰਾ ਖੂਨ ਬਣ ਜਾਂਦਾ। ਤੋ ਇੱਕ ਦਿਨ ਬਾਬਾ ਫਰੀਦ ਜੀ ਜੰਗਲ ਤੋਂ ਬਾਹਰ ਆ ਕੇ ਬੈਠੇ ਤੇ ਇੱਕ ਔਰਤ ਜਿਸਨੇ ਸਿਰ ਤੇ ਦੁੱਧ ਦਾ ਘੜਾ ਰੱਖਿਆ ਤੇ ਬੜੀ ਤੇਜ਼ੀ ਦੇ ਨਾਲ ਜੰਗਲ ਵੱਲ ਜਾ ਰਹੀ ਹੈ। ਤੋ ਬਾਬਾ ਫਰੀਦ ਜੀ ਨੇ ਪੁੱਛਿਆ ਉਸ ਔਰਤ ਨੂੰ ਕਿ ਭਾਈ ਤੂੰ ਇੰਨੀ ਕਾਲੀ ਕਾਲੀ ਇੰਨੀ ਡਰੀ ਹੋਈ ਜੰਗਲ ਦੇ ਵੱਲ ਕਿਉਂ ਜਾ ਰਹੀ ਹੈ? ਤੋ ਉਸ ਔਰਤ ਨੇ ਜਵਾਬ ਦਿੱਤਾ ਕਿ ਬਾਬਾ, ਇਸ ਜੰਗਲ ਦੇ ਵਿੱਚ ਇੱਕ ਜੋਗੀਆਂ ਦਾ ਟੋਲਾ ਹੈ, ਅਗਰ ਮੈਂ ਉਸਨੂੰ ਦੁੱਧ ਨਾ ਪਹੁੰਚਾਇਆ ਜਾਂ ਪਿੰਡ ਦੇ ਵਿੱਚੋਂ ਕਿਸੇ ਨੇ ਉਸਨੂੰ ਕੁਝ ਖਾਣ ਲਈ ਜਾਂ ਪੀਣ ਲਈ ਨਾ ਦਿੱਤਾ ਤੇ ਸਾਡੇ ਤੇ ਬਹੁਤ ਕਹਿਰ ਕਰਦਾ ਉਹ, ਸਾਨੂੰ ਦੁੱਧ ਨਾ ਪਹੁੰਚਾਉਣ ਦੇ ਬਦਲੇ ਸਾਨੂੰ ਸਜ਼ਾ ਦਿੰਦਾ, ਸਾਨੂੰ ਬਿਮਾਰ ਕਰ ਦਿੰਦਾ, ਸਾਡੇ ਘਰ ਦੇ ਵਿੱਚ ਤੰਗੀ ਕਰ ਦਿੰਦਾ, ਤੇ ਸਾਨੂੰ ਇੰਨਾ ਜ਼ਿਆਦਾ ਡਰ ਲੱਗਦਾ ਕਿ ਉਸ ਡਰ ਤੋਂ ਉਹਦੀ ਕਰੋਪੀ ਤੋਂ ਬਚਣ ਦੇ ਲਈ ਮੈਂ ਤਾਂ ਉਹਦੇ ਵੱਲ ਤੇਜ਼ ਤੇਜ਼ੀ ਨਾਲ ਨੱਠਣ ਜਾ ਰਹੀ ਹਾਂ ਕਿ ਕਿਤੇ ਕੁਝ ਵਾਪਰਨ ਤੋਂ ਪਹਿਲਾਂ ਉਸਨੂੰ ਦੁੱਧ ਪਹੁੰਚਾਇਆ ਜਾਵੇ। ਤੋ ਸ਼ੇਖ ਫਰੀਦ ਜੀ ਜੋ ਕਿ ਉਸ ਰੂਹਾਨੀਅਤ ਦੇ ਮਾਲਿਕ ਅੱਲਾ ਤਾਲਾ ਦੀ ਆਵਾਜ਼ ਦੇ ਵਿੱਚ ਰਹਿਣ ਵਾਲੇ ਫਕੀਰ, ਕਹਿੰਦੇ ਬੀਬੀ ਘੜਾ ਲਾ ਕੇ ਇੱਥੇ ਰੱਖ ਦੇ, ਤੂੰ ਵੀ ਇੱਥੇ ਖੜ ਜਾ, ਮੈਂ ਦੇਖਦਾ ਕਿਹੜਾ ਜੋਗੀ ਆਉਂਦਾ ਤੇ ਕਿਹੜਾ ਜੋਗੀ ਖਰਾਬੀ ਕਰਦਾ। ਉਹ ਔਰਤ ਨੇ ਘੜਾ ਲਾ ਕੇ ਬਾਬਾ ਜੀ ਦੀ ਗੱਲ ਮੰਨੀ ਤੇ ਫਿਰ ਵੀ ਡਰਦੀ ਡਰਦੀ ਉੱਥੇ ਖੜੀ ਰਹੀ, ਤੇ ਇਹਨੇ ਨੂੰ ਇੱਕ ਜੋਗੀ ਦਾ ਚੇਲਾ ਗੁਫਾ ਦੇ ਵਿੱਚੋਂ ਉਸ ਜੰਗਲ ਦੇ ਵਿੱਚੋਂ ਬਾਹਰ ਆਇਆ, ਆ ਕੇ ਉਸ ਔਰਤ ਨੂੰ ਬੋਲਣ ਲੱਗ ਪਿਆ, ਗਾਲੀ ਗਲੋਚ ਕਰਨ ਲੱਗ ਪਿਆ ਕਿ ਤੈਨੂੰ ਦੁੱਧ ਲੈ ਕੇ ਆਉਣ ਨੂੰ ਕਿਹਾ ਸੀ, ਤੂੰ ਪਹੁੰਚ ਕਿਉਂ ਨਹੀਂ? ਤੇ ਇਹ ਜਦ ਦੇਖਿਆ ਬਾਬਾ ਫਰੀਦ ਜੀ ਨੇ ਉਹਨੂੰ ਸਮਝਾਇਆ ਕਿ ਨਾ, ਇੱਦਾਂ ਨਾ ਕਰ, ਔਰਤ ਨੂੰ ਮੰਦੀ ਬੋਲ ਨਾ ਬੋਲ, ਤੁਸੀਂ ਇਹਨਾਂ ਨੂੰ ਕਿਉਂ ਤੰਗ ਕਰਦੇ ਹੋ? ਤੇ ਉਹ ਜੋਗੀ ਜਿਹੜਾ ਸੀ ਕਹਿੰਦਾ ਬਾਬਾ ਫਰੀਦ ਜੀ ਨੂੰ, ਤੂੰ ਚੁੱਪ ਕਰ ਬਾਬਾ। ਜਦ ਇੰਨੀ ਗੱਲ ਕਹੀ ਤਾਂ ਸ਼ੇਖ ਫਰੀਦ ਜੀ ਸਰਕਾਰ ਉਹ ਮਾਲਕ ਦੀ ਮੌਜ ਦੇ ਵਿੱਚ ਬੈਠੇ
ਕਹਿੰਦੇ ਇਹ ਜ਼ਮੀਨ ਇਸ ਨੂੰ ਜਕੜ ਲੈ ਇਹ ਜਵਾਨ ਖਾਮੋਸ਼ ਹੋ ਜਾ। ਜਦੋਂ ਇਹ ਦੋ ਲਫ਼ਜ਼ ਕਹੇ ਤੇ ਉਹਦੇ ਪੈਰ ਜ਼ਮੀਨ ਦੇ ਨਾਲ ਜੁੜ ਗਏ ਤੇ ਜਵਾਨ ਤੋਂ ਬੋਲਣਾ ਬੰਦ ਹੋ ਗਿਆ। ਉਹ ਨਾ ਪਰਤਿਆ ਜਦੋਂ ਉੱਥੇ ਜਕੜ ਹੋ ਗਿਆ। ਇੰਨੇ ਚਿਰ ਨੂੰ ਇੱਕ ਦੂਜਾ ਜੋਗੀ ਦੇਖਣ ਦੇ ਲਈ ਪਿੱਛੇ ਆਇਆ ਕਿ ਮੈਂ ਦੇਖਾਂ ਕਿ ਉਹ ਦੁੱਧ ਲੈ ਕੇ ਨਾ ਔਰਤ ਆਈ ਤੇ ਨਾ ਜੋਗੀ ਦੇਖਣ ਗਿਆ, ਮੁੜਿਆ ਕੀ ਹੋਇਆ ਹੋਵੇਗਾ। ਤੇ ਜਦੋਂ ਉਹ ਜੋਗੀ ਉੱਥੇ ਪਹੁੰਚਿਆ ਉਸਨੇ ਦੇਖਿਆ ਕਿ ਜੋਗੀ ਜਕੜਿਆ ਪਿਆ। ਉਹ ਵੀ ਜਾ ਕੇ ਪਹਿਲਾਂ ਉਸ ਔਰਤ ਨੂੰ ਗਾਲੀ ਗਲੋਚ ਕਰਨ ਲੱਗਾ ਤੇ ਜੋਗੀ ਵੱਲ ਦੇਖਿਆ ਤੇ ਬਾਬਾ ਫਰੀਦ ਜੀ ਨੇ ਫਿਰ ਉਹੀ ਦੋ ਲਫ਼ਜ਼ ਕਹਿ ਇਹ ਜ਼ਮੀਨ ਇਸ ਨੂੰ ਜਕੜ ਲੈ ਇਹ ਜਵਾਨ ਖਾਮੋਸ਼ ਹੋ ਜਾ। ਤੇ ਉਹ ਵੀ ਨਾਲ ਹੀ ਉੱਥੇ ਖੜ ਗਿਆ ਤੇ ਤੀਜਾ ਜੋਗੀ ਜਦੋਂ ਆਇਆ ਉਹ ਵੀ ਉੱਥੇ ਖੜ ਗਿਆ। ਜਦੋਂ ਤਿੰਨੋਂ ਜੋਗੀ ਇੱਥੇ ਆ ਕੇ ਇਹਦੀ ਜ਼ਮੀਨ ਦੇ ਨਾਲ ਜੁੜ ਗਏ ਜਵਾਨਾਂ ਬੰਦ ਹੋ ਗਈਆਂ। ਤੇ ਫਿਰ ਜਿਹੜਾ ਉਹਨਾਂ ਦਾ ਗੁਰੂ ਸੀ ਉਹ ਜਦੋਂ ਆਇਆ ਉਹ ਜੋਗੀ ਤਿੰਨਾਂ ਜੋਗੀਆਂ ਨੂੰ ਖੜਾ ਦੇਖ ਕੇ ਤੇ ਪਹਿਲੇ ਆਪਣੀ ਕਲਾ ਦੇ ਨਾਲ ਆਪਣੇ ਇਲਮ ਦੇ ਨਾਲ ਬਾਬਾ ਫਰੀਦ ਜੀ ਤੇ ਵਾਰ ਕੀਤਾ। ਜਦੋਂ ਬਾਬਾ ਫਰੀਦ ਜੀ ਤੇ ਵਾਰ ਕੀਤਾ ਉਹ ਮਾਲਿਕ ਜੋ ਪੂਰੀ ਦੁਨੀਆਂ ਨੂੰ ਮੰਨਣ ਵਾਲੇ ਪੂਰੀ ਦੁਨੀਆਂ ਨੂੰ ਆਪਣੇ ਸਾਹ ਦੇ ਵਿੱਚ ਚਲਾਉਣ ਵਾਲੇ ਉਸ ਅੱਲਾਹ ਤਾਲਾ ਨੂੰ ਬੰਦਗੀ ਬੰਦ ਕਰਨ ਵਾਲੇ ਬਾਬਾ ਫਰੀਦ ਜੀ ਤੇ ਜਦੋਂ ਕੋਈ ਵਾਰ ਨਾ ਚੱਲਿਆ ਤੇ ਉਹ ਜੋਗੀ ਹੈਰਾਨ ਰਹਿ ਗਿਆ ਤੇ ਪੈਰੀ ਪੈ ਗਿਆ ਕਿ ਦਾਤਾ ਮੈਨੂੰ ਬਖਸ਼ ਦਿਓ, ਮੇਰੇ ਤੋਂ ਗਲਤੀ ਹੋ ਗਈ, ਮੈਂ ਇਹਨਾਂ ਨਿਰਦੋਸ਼ ਲੋਕਾਂ ਨੂੰ ਤੰਗ ਕਰਦਾ ਰਿਹਾ, ਇਹਨਾਂ ਨੂੰ ਮੈਂ ਡਰਾਉਂਦਾ ਰਿਹਾ, ਇਹਨਾਂ ਤੋਂ ਖਾਣ ਦੀਆਂ ਚੀਜ਼ਾਂ ਲੈਂਦਾ ਰਿਹਾ, ਮੈਨੂੰ ਬਖਸ਼ ਦਿਓ, ਅੱਜ ਤੋਂ ਬਾਅਦ ਮੈਂ ਕਦਾ ਵੀ ਕਿਸੇ ਨੂੰ ਤੰਗ ਨਹੀਂ ਕਰਾਂਗਾ। ਤਾਂ ਬਾਬਾ ਫਰੀਦ ਜੀ ਕਹਿੰਦੇ ਠੀਕ ਹੈ, ਜੇ ਤੂੰ ਇਹ ਗੱਲ ਮੰਨਦਾ ਅੱਜ ਤੋਂ ਬਾਅਦ ਕਿਸੇ ਨੂੰ ਤੰਗ ਨਹੀਂ ਕਰੇਗਾ ਤੇ ਇੱਕ ਸਾਨਾ ਵਾਅਦਾ ਕਰਕੇ ਇਹ ਜੰਗਲ ਨੂੰ ਪਾਕ ਪਤਨ ਸ਼ਹਿਰ ਨੂੰ ਸਦਾ ਲਈ ਛੱਡ ਕੇ ਚਲਾ ਜਾ, ਇਹਨਾਂ ਬੇਨਿਰਦੋਸ਼ ਲੋਕਾਂ ਨੂੰ ਨਾ ਤੰਗ ਕਰ। ਤੋ ਇਹ ਗੱਲ ਸੁਣ ਕੇ ਜੋਗੀ ਨੇ ਅਰਜ਼ ਕੀਤੀ, ਸਰਕਾਰ ਮੈਂ ਇਸ ਸ਼ਹਿਰ ਨੂੰ ਛੱਡ ਕੇ ਚਲਾ ਜਾਵਾਂਗਾ, ਪਰ ਮੇਰੇ ਜੋ ਇਹ ਤਿੰਨ ਸਾਥੀ ਨੇ ਇਹਨਾਂ ਨੂੰ ਵੀ ਬਖਸ਼ ਦਿਓ। ਤਾਂ ਬਾਬਾ ਫਰੀਦ ਜੀ ਨੇ ਇੱਕ ਨਜ਼ਰ ਕਰਮ ਦੀ ਉਹਨਾਂ ਵੱਲ ਕੀਤੀ ਤੇ ਤਿੰਨੋਂ ਜੋਗੀ ਫਿਰ ਬੋਲਣ ਲੱਗ ਪਏ ਤੇ ਤੁਰਨ ਲੱਗ ਪਏ ਤੇ ਬਾਬਾ ਫਰੀਦ ਜੀ ਦੇ ਪੈਰੀ ਪੈ ਗਏ ਤੇ ਉਸ ਪਾਕ ਪਤਨ ਸ਼ਹਿਰ ਨੂੰ ਛੱਡ ਕੇ ਸਦਾ ਲਈ ਚਲੇ ਗਏ। ਤੋ ਇਹ ਕਰਾਮਾਤ ਹੈ ਉਹਨਾਂ ਫਕੀਰਾਂ ਦੀ ਜਿਨ੍ਹਾਂ ਨੇ ਇਬਾਦਤਾਂ ਕੀਤੀਆਂ ਹੁੰਦੀਆਂ ਨੇ ਮਾਲਿਕ ਦੀਆਂ, ਉਹਨਾਂ ਦੀ ਜ਼ੁਬਾਨ ਉਸ ਦਾਤਾ ਦੀ ਜ਼ੁਬਾਨ, ਉਹਨਾਂ ਦੀ ਅੱਖ ਉਸ ਦਾਤਾ ਦੀ ਅੱਖ, ਉਹਨਾਂ ਦੇ ਕੰਨ ਉਸ ਦਾਤਾ ਦੇ ਕੰਨ, ਜੋ ਸੁਣਦੇ ਨੇ, ਬੋਲਦੇ ਨੇ, ਦੇਖਦੇ ਨੇ ਉਹ ਮਾਲਿਕ ਦੀ ਰਜ਼ਾ ਦੇ ਵਿੱਚ ਸਭ ਕੁਛ ਕਰਦੇ ਨੇ। ਕਿਉਂਕਿ ਪਾਕ ਪਤਨ ਸ਼ਹਿਰ ਫਿਰ ਇੱਕ ਐਸਾ ਸ਼ਹਿਰ ਬਣਿਆ ਜਿੱਥੇ ਬਾਬਾ ਫਰੀਦ ਜੀ ਨੇ ਆਪਣਾ ਰੋਜ਼ਾ ਮੁਬਾਰਕ ਤਿਆਰ ਕੀਤਾ ਤੇ ਅੱਜ ਵੀ ਪੂਰੀ ਦੁਨੀਆਂ ਦੇ ਵਿੱਚ ਲੋਕ ਉੱਥੇ ਜ਼ਿਆਰਤ ਲਈ ਜਾਂਦੇ ਹਨ ਪਾਕ ਪਤਨ। ਤੋ ਕਹਿੰਦੇ ਨੇ ਸੁਣ ਪਾਕ ਪਤਨ ਦੇ ਰਾਂਝਿਆ ਵੇ ਤੇਰੇ ਦਰ ਤੇ ਹੀਰਾਂ ਖੜੀਆਂ ਨੇ, ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾ ਬਾਬਾ। ਬਹੁਤ ਸਾਰੀਆਂ ਤਾਰੀਫ ਦੇ ਵਿੱਚ ਕਵਾਲੀਆਂ ਵੀ ਤੁਸੀਂ ਸਰਕਾਰ ਜੀ ਦੀਆਂ ਸੁਣਦੇ ਹੋ ਤੇ ਬਾਬਾ ਫਰੀਦ ਜੀ ਦਾ ਇੱਕ ਤਸਵੀਰ ਤੁਸੀਂ ਦੇਖਿਆ ਹੋਵੇਗਾ ਜਿੱਥੇ ਬਾਬਾ ਫਰੀਦ ਜੀ ਪਏ ਨੇ, ਚੰਨ ਲੋਕ ਕੁਝ ਨਾਲ ਬੈਠੇ ਤੇ ਇੱਕ ਕਾਂ ਨੂੰ ਉਹਨਾਂ ਨੇ ਬਹੁਤ ਦੇਖਦੇ ਹੋਏ ਇੱਕ ਸ਼ੇਰ ਬੋਲੇ ਲਿਖਿਆ, ਇੱਕ ਦੋਹਾ ਲਿਖਿਆ। ਉਹ ਇੰਨਾ ਮਨ ਨੂੰ ਸਕੂਨ ਦੇਣ ਵਾਲਾ ਉਹ ਦੋਹਾ, ਜੇ ਉਸ ਨਿੱਕੀ ਜਿਹੀ ਗੱਲ ਨੂੰ, ਬਾਬਾ ਫਰੀਦ ਜੀ ਦੇ ਬਹੁਤ ਸਾਰੇ ਸਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ, ਅਗਰ ਇਕੱਲੇ ਇਕੱਲੇ ਨੂੰ ਪੜ੍ਹਿਆ ਜਾਵੇ ਤੇ ਉਹਦੇ ਵਿੱਚ ਬਹੁਤ ਰਸ ਮਿਲਦਾ। ਕਹਿੰਦੇ ਕਾਗਾ ਕਰਕ ਟੰਡੋਰਿਆ ਤੇ ਸਕਲਾ ਖਾਇਓ ਮਾਸ, ਦੋ ਨੈਨਨ ਮਤ ਛੇੜਿਓ ਮੂਹੇ ਪੀਆ ਮਿਲਨ ਕੀ ਆਸ, ਕਿ ਦੋ ਨੈਣ ਮੇਰੇ ਨਾ ਛੇੜੀ ਸਾਰਾ ਜਿਸਮ ਦਾ ਮਾਸ ਖਾ ਲਵੇ, ਕਿਉਂਕਿ ਮੈਨੂੰ ਮੇਰੇ ਮਾਲਿਕ ਨੂੰ, ਮੇਰੇ ਗੁਰੂ ਨੂੰ, ਮੇਰੇ ਮੁਰਸ਼ਦ ਨੂੰ ਵੇਖਣ ਦੀ ਆਸ ਹੈ। ਕਈ ਤਰ੍ਹਾਂ ਇਸ ਸ਼ੇਰ ਨੂੰ ਲੋਕ ਬੋਲਦੇ ਨੇ। ਤੋ ਇਹਦੇ ਵਿੱਚ ਕਿੰਨਾ ਸਕੂਨ ਹੈ ਤੁਸੀਂ ਜ਼ਰੂਰ ਪੜ੍ਹ ਕੇ ਦੇਖੋ, ਸੁਣ ਕੇ ਦੇਖੋ। ਜਿਹਨਾਂ ਇਹਨਾਂ ਪੀਰਾਂ ਫਕੀਰਾਂ ਦੀਆਂ
ਜੀਵਨੀਆਂ ਬਾਰੇ ਥੋੜਾ ਪੜ੍ਹਨਾ ਸ਼ੁਰੂ ਕਰੋ, ਥੋੜਾ ਜਿਹਾ ਵਿੱਚੋਂ ਰਸ ਲੈਣਾ ਸ਼ੁਰੂ ਕਰੋ, ਆਨੰਦ ਆਵੇਗਾ, ਮਨ ਸ਼ਾਂਤ ਹੋਵੇਗਾ, ਲਿਵ ਲੱਗੇਗੀ ਤੇ ਫਿਰ ਗੱਲ ਬਣੇਗੀ। ਸੋ ਅਗਲੀ ਵੀਡੀਓ ਵਿੱਚ ਜਲਦ ਹੋਰ ਕਿਸੇ ਪੀਰ ਫਕੀਰ ਦੀ ਸਾਖੀ ਆਪ ਜੀ ਨਾਲ ਸਾਂਝੀ ਕਰਾਂਗਾ। ਜਲਦ ਹਾਜ਼ਰ ਹੋਵਾਂ ਇੱਕ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।